अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए। हेलो फ्रेंड्स, आप जी का मेरे यूट्यूब चैनल में बहुत बहुत स्वागत है। सो काफ़ी ज़्यादा कैंडिडेट्स से कमेंट्स आ रहे थे कि सर हिंदी पंजाबी अते इंग्लिश का जड़ा एग्जाम होया है उदी जड़ी कट ऑफ है एस्टिमेटेड किन्नी जा सकती है। सो ही कट ऑफ दे रिगार्डिंग मैं तुहानूं इस वीडियो दे भी दसूंगा किन्नी किन्नी जा सकती है। सो बाकी इस तो पहले मैं तुहानूं थोड़ा जिहा प्रोसैस दस दिना अगला प्रोसैस की है। तो देखो जी, फिलहाल तुहाडा एग्जाम हो गया, हुण तुहाडी जिहड़ियां ऑफिशियल आंसर कीज आनी है। सो ऑफिशियल आंसर कीज हुण आंदियां या जिहड़े तीन तुहाडे एग्जाम रहि गए है, ਜਿੱਦਾਂ ਸਾਇੰਸ ਹੋ ਗਿਆ ਤੁਹਾਡਾ, ਉਸ ਤੋਂ ਬਾਅਦ ਜਿਹੜੇ ਫਰਦਰ ਸਬਜੈਕਟਸ ਰਹਿ ਗਏ ਹੈ ਲਾਈਕ SST, ਦੈਨ ਠੀਕ ਹੈ ਜੀ ਸੌਨ ਇਗਜ਼ਾਮ ਤੋਂ ਬਾਅਦ ਜਾਂ ਤਾਂ ਤੁਹਾਡੀਆਂ ਇਕੱਠੀਆਂ ਆਫਿਸ਼ੀਅਲ ਆਂਸਰ ਕੀਜ਼ ਆਊਗੀਆਂ ਜਾਂ ਮੇਰੇ ਅਕੋਰਡਿੰਗ ਜਸਟ ਕੱਲ੍ਹ ਸ਼ਾਮ ਜਾਂ ਪਰਸੋਂ ਤੱਕ ਅਗਰ ਤੁਹਾਡੀਆਂ ਆਂਸਰ ਕੀਜ਼ ਆ ਗਈਆਂ ਤਾਂ ਆ ਗਈਆਂ ਜਿਹੜੇ ਤੁਹਾਡੇ ਹਿੰਦੀ ਪੰਜਾਬੀ ਅਤੇ ਠੀਕ ਹੈ ਜੀ SST ਦਾ ਆਈ ਥਿੰਕ ਇਗਜ਼ਾਮ ਹੋਇਆ, ਸੋਰੀ ਇੰਗਲਿਸ਼ ਦਾ ਇਗਜ਼ਾਮ ਹੋਇਆ, ਹਿੰਦੀ ਪੰਜਾਬੀ ਇੰਗਲਿਸ਼ ਦਾ, ਇਹਦੀਆਂ ਜਲਦੀ ਹੀ ਆਂਸਰ ਕੀਜ਼ ਅਗਰ ਆ ਗਈਆਂ ਠੀਕ ਹੈ, ਨਹੀਂ ਤਾਂ ਇਹ ਤੁਹਾਡੀਆਂ ਜਾਊਗੀਆਂ ਸਿੱਧੀਆਂ ਜਨਵਰੀ 'ਚ, ਜਦੋਂ ਤੁਹਾਡੇ ਤਿੰਨੇ ਇਗਜ਼ਾਮ ਜਿਹੜੇ ਉਹ ਵੀ ਹੋ ਜਾਣੇ, ਤਿੰਨ ਤੁਹਾਡੇ ਇਗਜ਼ਾਮ ਹੋ ਗਏ, 6 ਦੀ ਇਕੱਠੀਆਂ ਹੀ ਉਹਨਾਂ ਨੇ ਅਪਲੋਡ ਕਰਨੀਆਂ, ਬਾਕੀ ਵੇਟ ਕਰਦੇ ਹਾਂ ਕੀ ਹੁੰਦਾ ਅਗਲਾ ਪ੍ਰੋਸੈਸ, ਤਾਂ ਉਸ ਤੋਂ ਬਾਅਦ ਤੁਹਾਡੀ ਕੱਟ ਆਫ ਆਊਗੀ। ਲੇਕਿਨ ਜਿਹੜੀ ਐਸਟੀਮੇਟਡ ਕੱਟ ਆਫ ਹੈ ਹੁਣ ਆਪਾਂ ਉਹ ਦੇਖ ਲੈਂਦੇ ਹਾਂ ਕਿ ਕਿੰਨੀ ਤੁਹਾਡੀ ਜਾ ਸਕਦੀ ਹੈ। ਸੋ ਉਸਦੇ ਰਿਗਾਰਡਿੰਗ ਮੈਂ ਆਪਣੇ ਯੂਟਿਊਬ ਚੈਨਲ ਦੇ ਕਮਿਟੀ ਟੈਬ 'ਚ ਪੋਸਟ ਪਾਈ ਸੀਗੀ, ਪੋਸਟ ਦੇ ਵਿੱਚ ਡਿਫਰੈਂਟ ਡਿਫਰੈਂਟ ਪੋਸਟਾਂ ਪਾਈਆਂ ਸੀਗੀਆਂ ਜਿਹਦੇ ਵਿੱਚ ਮੈਂ ਜਨਰਲ BC ਅਤੇ SC ਇਹਨਾਂ ਤਿੰਨੇ ਕੈਟਾਗਰੀ ਦੇ ਕੱਟ ਆਫ ਕਿੰਨੀ ਕਿੰਨੀ ਜਾ ਸਕਦੀ ਹੈ ਐਸਟੀਮੇਟਡ, ਉਹ ਮੈਂ ਅਪਲੋਡ ਕੀਤੇ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੇ ਠੀਕ ਹੈ ਜੀ ਆਪਣੇ ਆਪਣੇ ਵਿਊਜ਼ ਦੱਸੇ ਹੈ। ਤਾਂ ਚਲੋ ਡਿਸਕਸ ਕਰਦੇ ਹਾਂ, ਕੱਟ ਆਫ ਦੇਖਦੇ ਹਾਂ ਹੁਣ। ਸੋ ਸਭ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਗੱਲ ਕਰਦੇ ਹਾਂ ਮਾਸਟਰ ਕੈਡਰ ਇੰਗਲਿਸ਼ ਕੱਟ ਆਫ ਠੀਕ ਹੈ ਜੀ ਕਿੰਨੀ ਜਾ ਸਕਦੀ ਹੈ। ਸੋ ਇੱਥੇ ਜਿਹੜਾ ਆਨਸਰ ਆਇਆ ਜ਼ਿਆਦਾਤਰ 90 ਤੋਂ 100 ਜਿਹਦੇ ਵਿੱਚ ਜ਼ਿਆਦਾਤਰ ਕੈਂਡੀਡੇਟਸ ਨੇ ਦੱਸਿਆ ਕਿ BC ਤੁਹਾਡੀ ਜਿਹੜੀ ਕੱਟ ਆਫ ਹੈ ਇੰਗਲਿਸ਼ ਦੀ 90 ਤੋਂ 100 ਜਾ ਸਕਦੀ ਹੈ। ਤੁਹਾਡਾ ਕੀ ਵਿਊ ਹੈ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਾਂ ਕਮਿਟੀ ਟੈਬ 'ਤੇ ਜ਼ਰੂਰ, ਜਿਹੜੇ ਤੁਹਾਡੇ ਫਰੈਂਡਸ ਵਗੈਰਾ ਵੀਡੀਓ ਦੇਖਦੇ ਪਏ ਉਹਨਾਂ ਨਾਲ ਵੀ ਸ਼ੇਅਰ ਕਰੋ, ਸੋ ਆਪਾਂ ਉਹਨਾਂ ਦਾ ਵੀ ਵਿਊ ਲੈ ਸਕੀਏ। ਨੈਕਸਟ ਗੱਲ ਕਰਦੇ ਹਾਂ ਪੰਜਾਬੀ ਦੀ, ਪੰਜਾਬੀ ਦੀ ਜਿਹੜੀ ਕੱਟ ਆਫ ਹੈ ਕਾਫੀ ਹਾਈ ਜਾ ਰਹੀ ਹੈ, ਤੁਸੀਂ ਦੇਖ ਵੀ ਸਕਦੇ ਹੋ, ਮੈਂ ਦੱਸਿਆ ਹੋਇਆ ਮਾਸਟਰ ਕੈਡਰ ਪੰਜਾਬੀ ਦੀ ਕੱਟ ਆਫ ਠੀਕ ਹੈ ਜੀ ਫੋਰ BC ਕੈਟਾਗਰੀ, ਇੱਥੇ ਧਿਆਨ ਦਿਓ BC ਕੈਟਾਗਰੀ ਦੀ ਗੱਲ ਕਰਦਾ ਮੈਂ, ਕਿੰਨੀ ਜਾ ਸਕਦੀ ਹੈ। ਸੋ BC ਦੀ 130 ਤੋਂ 140 ਤੱਕ ਤੁਹਾਡੀ ਕੱਟ ਆਫ ਜਿਹੜੀ ਉਹ ਜਾ ਸਕਦੀ ਹੈ। ਅਗਲੀ ਗੱਲ ਕਰਦੇ ਹਾਂ ਜੀ ਹਿੰਦੀ ਦੀ, ਹਿੰਦੀ ਦੀ ਜਿਹੜੀ ਕੱਟ ਆਫ ਜਾ ਰਹੀ ਹੈ ਜੀ ਅਕੋਰਡਿੰਗ ਟੂ ਕੈਂਡੀਡੇਟਸ, ਇੱਥੇ ਦੱਸਿਆ ਹੋਇਆ ਮਾਸਟਰ ਕੈਡਰ ਹਿੰਦੀ ਦੀ ਕਿੰਨੀ ਜਾ ਸਕਦੀ ਹੈ, ਇਹਦੇ ਵਿੱਚ 120 ਤੋਂ 130 ਮੈਕਸੀਮਮ ਕੈਂਡੀਡੇਟਸ ਨੇ ਆਨਸਰ ਦਿੱਤਾ ਹੈ, ਇਹਦੇ ਵੋਟਸ ਲਈ ਘੱਟ ਹੈ ਬਿਕੋਜ਼ ਅੱਜ ਹੀ ਇਹ ਪੋਸਟ ਪਾਈ ਹੈ। ਤਾਂ ਬਾਕੀ ਵੇਟ ਕਰਦੇ ਹਾਂ, ਜਲਦੀ ਹੀ ਬਾਕੀ ਜਿਹੜੇ ਕੈਂਡੀਡੇਟਸ ਹੈ ਸਬਸਕ੍ਰਾਈਬਰਸ ਹੈ ਉਹ ਹਲੇ ਠੀਕ ਹੈ ਜੀ ਇਹਦੇ ਵਿੱਚ ਆਪਣਾ ਜੋ ਵੀ ਹੈਗਾ ਆਨਸਰ ਦਓਗੇ, ਬਿਕੋਜ਼ ਡਿਪੈਂਡ ਕਰਦਾ ਹਰੇਕ ਨੇ, ਦੇਖੋ ਹਿੰਦੀ ਨਹੀਂ ਦਿੱਤਾ, ਹਰੇਕ ਨੇ ਪੰਜਾਬੀ ਨਹੀਂ ਦਿੱਤਾ, ਹਰੇਕ ਨੇ ਇੰਗਲਿਸ਼ ਨਹੀਂ ਦਿੱਤਾ। ਸੋ ਜਿਨ੍ਹਾਂ ਨੇ ਵੀ ਦਿੱਤਾ ਉਹਨਾਂ ਨੇ ਇੱਥੇ ਰਿਪਲਾਈ ਕੀਤਾ। ਉਸ ਤੋਂ ਅਗਲਾ ਜੀ ਮੈਂ ਇੱਥੇ ਫਿਲ ਕੀਤਾ, ਇਹ ਤਾਂ ਸੀ ਸਾਡੇ BC ਵਾਲੇ, ਹੁਣ ਆਪਾਂ ਆ ਜਾਂਦੇ ਹਾਂ SC ਕੈਟਾਗਰੀ ਦੇ। ਪਹਿਲੇ SC ਵਿੱਚ ਆਪਾਂ ਪੰਜਾਬੀ ਦੇ ਦੇਖਦੇ ਹਾਂ, ਮੈਂ ਇੱਥੇ ਪਾਇਆ ਸੀ SC ਦੀ ਕੈਟੇਗਰੀ ਦੀ ਕਿੰਨੀ ਜਾਊਗੀ ਪੰਜਾਬੀ ਦੀ, ਪੰਜਾਬੀ ਦੀ SC 120-130 ਤੱਕ ਜਾ ਸਕਦੀ ਹੈ ਜੀ, ਤੁਸੀਂ ਦੇਖ ਵੀ ਸਕਦੇ ਹੋ ਮੈਕਸੀਮਮ 63 ਇੱਥੇ ਕੈਂਡੀਡੇਟਸ ਨੇ ਦੱਸਿਆ। ਨੈਕਸਟ ਜਿਹੜੀ ਇੱਥੇ ਜਾ ਸਕਦੀ ਹੈ 63%, ਉਸ ਤੋਂ ਬਾਅਦ ਇੰਗਲਿਸ਼ ਦੀ ਕੱਟ ਆਫ SC ਦੀ ਕਿੰਨੀ ਜਾ ਸਕਦੀ ਹੈ 90 ਤੋਂ 100। ਨੈਕਸਟ ਗੱਲ ਕਰਦੇ ਹਾਂ ਜੀ ਹਿੰਦੀ ਦੀ, ਹਿੰਦੀ ਦੀ ਕੱਟ ਆਫ ਜਾ ਰਹੀ ਹੈ ਇਹ ਵੀ ਜੀ 90 ਤੋਂ 100 ਜਾ ਰਹੀ ਹੈ।
ਇਹ ਵੀ ਫਿਲਹਾਲ ਹਲੇ ਮੈਂ ਅੱਜ ਹੀ ਪੋਸਟ ਪਾਈ ਸੀ, ਕੈਂਡੀਡੇਟ ਦਾ ਜ਼ਿਆਦਾ ਰਿਪਲਾਈ ਨਹੀਂ ਆਇਆ। ਜ਼ਰੂਰ ਤੁਸੀਂ ਵੀ ਆਪਣੇ ਵਿਊਜ਼ ਦਿਓ, ਸਪੈਸ਼ਲੀ ਜਿਹੜੇ ਕੈਂਡੀਡੇਟ ਸਬਜੈਕਟ ਦੇ ਹੈਗੇ ਆ, ਹਿੰਦੀ ਇੰਗਲਿਸ਼ ਪੰਜਾਬੀ ਦੇ ਜਿਹੜੇ ਵੀ ਸਬਜੈਕਟ ਦੇ ਕੈਂਡੀਡੇਟਸ ਹੈ, ਔਰ ਜ਼ਰੂਰ ਇੱਥੇ ਆਪਣਾ ਜਿਹੜਾ ਪੋਲ ਹੈ ਉਹਦੀ ਜ਼ਰੂਰ ਵੋਟਿੰਗ ਕਰਿਓ, ਸੋ ਡੈਟ ਸਾਨੂੰ ਵੀ ਪਤਾ ਲੱਗ ਸਕੇ ਅਤੇ ਅਦਰ ਫਰੈਂਡਸ ਨੂੰ ਵੀ ਤੁਹਾਡੇ ਪਤਾ ਲੱਗ ਸਕੇ ਜਿਹੜੇ ਵੀਡੀਓ ਨੂੰ ਦੇਖਦੇ ਪਏ ਨੇ ਨੈਕਸਟ ਵੀਡੀਓ ਦੇ ਵਿੱਚ, ਅਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ। ਨੈਕਸਟ ਹੁਣ ਗੱਲ ਕਰਦੇ ਹਾਂ ਜੀ ਮੇਨ ਜਰਨਲ ਦੀ। ਜਰਨਲ ਦੀ ਤੁਹਾਨੂੰ ਪਤਾ ਸਭ ਤੋਂ ਹਾਈਐਸਟ ਜਾਂਦੀ ਹੁੰਦੀ ਹੈ, ਸੋ ਪੋਸਟਾਂ ਤੁਹਾਨੂੰ ਪਤਾ ਹੈ ਕਿੰਨੀਆਂ, ਕਿਸੇ ਦੀਆਂ 8 ਹੈ, ਕਿਸੇ ਦੀਆਂ 2 ਹੈ, ਸੋ ਉਸਦੇ ਅਕੋਰਡਿੰਗ ਚਲੋ ਆਪਾਂ ਹੁਣ ਜਰਨਲ ਦੀ ਦੇਖਦੇ ਹਾਂ। ਜਰਨਲ ਦੀ ਇੰਗਲਿਸ਼ ਦੀ ਕਿੰਨੀ ਜਾਊਗੀ ਜੀ? ਇਹਦੇ ਵਿੱਚ 110 ਤੋਂ 120 ਇੱਥੇ ਕੈਂਡੀਡੇਟ ਦੱਸਦੇ ਪਏ ਆ ਜਾ ਸਕਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬੀ ਜਰਨਲ ਕਿੰਨੀ ਜਾ ਸਕਦੀ ਹੈ, 130 ਤੋਂ 140, ਇਹ ਕਾਫੀ ਜ਼ਿਆਦਾ ਜਾ ਰਹੀ ਹੈ ਜੀ। ਪੰਜਾਬੀ ਦਾ ਐਗਜ਼ਾਮ ਕਹਿੰਦੇ ਕਾਫੀ ਠੀਕ ਸੀਗਾ, ਅੱਛਾ ਸੀਗਾ, ਜਿਹਨਾਂ ਬੱਚਿਆਂ ਨੇ ਪ੍ਰੈਪਰੇਸ਼ਨ ਕੀਤੀ। ਦੇਖੋ ਜਿਹਨਾਂ ਲਈ ਤਾਂ ਕੋਈ ਵੀ ਚੀਜ਼ ਡਿਫੀਕਲਟ ਨਹੀਂ ਹੁੰਦੀ ਹੈ, ਠੀਕ ਹੈ ਜੀ। ਤਾਂ ਬਾਕੀ ਇਹਨਾਂ ਦੀ ਇੱਥੇ ਜਾ ਰਹੀ ਹੈ ਜੀ 130 ਤੋਂ 140। ਉਸ ਤੋਂ ਬਾਅਦ ਹਿੰਦੀ ਦੀ ਗੱਲ ਕਰੀਏ, ਹਿੰਦੀ ਦਾ ਇੱਥੇ ਫਿਲਹਾਲ ਬੱਚੇ ਸ਼ੋਰ ਨਹੀਂ ਆ, ਤੁਸੀਂ ਦੇਖ ਹੋ ਸਕਦੇ ਹੋ, ਇੱਥੇ 24 ਦੱਸਿਆ, 24 ਦੱਸਿਆ, 24 ਦੱਸਿਆ। ਅਗਰ ਜੇ ਮੇਰਾ ਪਰਸਨਲ ਵਿਊ ਪੁੱਛਿਆ ਜਾਏ ਤਾਂ ਮੇਰੇ ਅਕੋਰਡਿੰਗ ਜਿਹੜੀ ਤੁਹਾਡੀ ਹਿੰਦੀ ਦੀ ਜਾਊਗੀ ਉਹ ਜਾਊਗੀ 110 ਤੋਂ 120 ਦੇ ਵਿੱਚ। ਮੈਂ ਸਿਰਫ ਦੇਖੋ ਜੀ ਐਸਟੀਮੇਟਿਡ ਹੈ, ਆਫੀਸ਼ੀਅਲ ਜਦੋਂ ਤੱਕ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਵੇਟ ਕਰੋ, ਠੀਕ ਹੈ ਜੀ। ਤਾਂ ਬਾਕੀ ਫਿਲਹਾਲ ਉਸ ਤੋਂ ਬਾਅਦ ਇਹੀ ਸੀਗੀਆਂ। ਬਾਕੀ ਮੈਂ ਨੋਰਮਲ ਪਾਏ ਸੀ ਕੱਟ ਆਫ ਕਿੰਨੀ ਜਾ ਸਕਦੀ ਹੈ, ਆਲ ਓਵਰ, ਆਲ ਓਵਰ ਇੱਥੇ ਹਿੰਦੀ ਜਾ ਸਕਦੀ 130 ਤੋਂ 140, ਪੰਜਾਬੀ ਦੀ ਤੁਹਾਡੀ ਇਹ ਤਾਂ ਫਿਲਹਾਲ ਸੇਮ ਹੀ ਆ ਰਹੀ 130 ਤੋਂ 140, ਠੀਕ ਹੈ ਜੀ। ਇਹ ਆਲ ਓਵਰ ਹੈ, ਉਹ ਸੀ ਕੈਟਾਗਰੀ ਵਾਈਜ਼। ਤਾਂ ਇੱਦਾਂ ਹੀ ਮੈਂ ਜਰਨਲ ਦੀ ਵੀ ਇੱਥੇ ਅਪਲੋਡ ਕੀਤੀ ਸੀ, ਫਿਲਹਾਲ ਜਰਨਲ ਦੀ ਨਹੀਂ ਹੈ ਇਹਦੇ ਵਿੱਚ। ਸੋ ਫਿਲਹਾਲ ਇਹ ਫਰੈਂਡਸ ਸੀਗੀਆਂ ਕੱਟ ਆਫ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੁਸੀਂ ਆਪਣੀ ਕੱਟ ਆਫ ਦੇਖਣੀ ਹੈ, ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਤੁਹਾਡੀ ਕੈਟਾਗਰੀ ਅਕੋਰਡਿੰਗ ਜਾ ਰਹੀ ਹੈ। ਸੋ ਜਿਹੜੀਆਂ ਇਹਦੇ ਵਿੱਚ ਮੈਂ ਤੁਹਾਨੂੂੰ ਕੈਟਾਗਰੀਜ਼ ਦੱਸੀਆਂ ਉਹ ਮੈਂ ਦੱਸੀਆਂ ਤੁਹਾਨੂੰ SC, BC ਅਤੇ ਜਨਰਲ ਕੈਟਾਗਰੀ। ਇਹਨਾਂ ਵਿੱਚ ਮੈਂ ਤੁਹਾਡੇ ਤਿੰਨੇ ਹੀ ਸਬਜੈਕਟ ਡਿਸਕਸ ਕੀਤੇ ਆ, ਜਿਹਦੇ ਵਿੱਚ ਮੈਂ ਸਭ ਤੋਂ ਪਹਿਲੇ ਤੁਹਾਡੇ ਸਾਹਮਣੇ ਕੀਤਾ ਸੀ ਪੰਜਾਬੀ, ਫਿਰ ਇੰਗਲਿਸ਼ ਅਤੇ ਫਿਰ ਹਿੰਦੀ। ਇਹ ਤੁਸੀਂ ਸਾਰੇ ਦੇਖ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਕਿ ਕੋਈ ਕੱਟ ਆਫ ਅਪ ਡਾਊਨ ਹੋ ਸਕਦਾ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸੋ, ਅਤੇ ਜ਼ਰੂਰ ਦੱਸਿਓ ਕਿ ਤੁਹਾਡੇ ਮਾਰਕਸ ਕਿੰਨੇ ਆਏ ਅਕੋਰਡਿੰਗ ਟੂ ਸਬਜੈਕਟ ਵਾਈਜ਼। ਲਾਈਕ ਮੈਂ ਆਪਣਾ ਨਾਮ ਲਿਖਣਾ, ਮਾਈ ਨੇਮ ਇਜ਼ ਅਰੁਣ, ਉਸ ਤੋਂ ਬਾਅਦ ਮੇਰੇ ਮਾਰਕਸ ਕਿੰਨੇ ਆ ਜੀ 135। ਇੱਦਾਂ ਹੀ ਤੁਸੀਂ ਆਪਣੇ ਮਾਰਕਸ ਸ਼ੋ ਕਰ ਦੇਣਾ ਜਿੰਨੇ ਵੀ ਤੁਸੀਂ ਮਾਰਕਸ ਆਪਣੇ ਕੈਲਕੂਲੇਟ ਕੀਤੇ ਆ। ਸੋ ਇਸ ਦੇ ਰਿਗਾਰਡਿੰਗ ਫੋਰ ਮੋਰ ਅਪਡੇਟਸ ਵਾਸਤੇ ਆਫੀਸ਼ੀਅਲ ਵੈਬਸਾਈਟ ਨੂੰ ਜ਼ਰੂਰ ਵਿਜ਼ਿਟ ਕਰਦੇ ਰਹੋ, ਨਾਲ ਦੇ ਨਾਲ ਸਾਡੇ ਯੂਟਿਊਬ ਚੈਨਲ ਨੂੰ ਵੀ ਵਿਜ਼ਿਟ ਕਰਦੇ ਰਹੋ, ਬਿਕੋਜ਼ ਜੋ ਵੀ ਲੇਟੈਸਟ ਅਪਡੇਟਸ ਹੁੰਦੀਆਂ ਡਿਫਰੈਂਟ ਟਾਈਪਸ ਆਫ ਜਿਹੜੇ ਤੁਸੀਂ ਟੈਸਟ ਵਗੈਰਾ ਦਿੰਦੇ ਹੋ, ਇੱਦਾਂ ਦੀ ਇਨਫੋਰਮੇਸ਼ਨ ਆਪਾਂ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕਰਦੇ ਰਹਿੰਦੇ ਹਾਂ। ਸੋ ਵੀਡੀਓ ਅੱਛੀ ਲੱਗੀ ਹੋਈ ਤਾਂ ਫਰੈਂਡ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ, ਅਤੇ ਆਪਣੇ ਨੀਡੀ ਫਰੈਂਡਸ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਆ ਕਰੋ, ਸੋ ਡੈਟ ਇਹ ਜਿਹੜੀ ਯੂਸਫੁਲ ਇਨਫੋਰਮੇਸ਼ਨ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਹਾਡੇ ਅਦਰ ਫਰੈਂਡਸ ਨੂੰ ਵੀ ਪਤਾ ਲੱਗ ਸਕੇ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੋਰ ਵੈਲਿਊਬਲ ਟਾਈਮ।